ਬਾਬਾ ਸਿੰਘ ਜੀ ਤੇ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ, ਬਾਬਾ ਕਿਰਪਾਲ ਸਿੰਘ ਜੀ ਘੋੜਿਆਂ ਵਾਲੇ। ਗੁਰੂ ਰੂਪ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਾਰੇ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੱਲ੍ਹ ਤੋਂ ਖਬਰਾਂ ਆ ਰਹੀਆਂ ਨੇ ਬਈ ਸਰਕਾਰ ਨੇ ਜਿਹੜਾ ਇਹ ਮੋਰਚਾ ਇਹਨੂੰ ਚੁਕਾਉਣ ਵਾਸਤੇ ਓਪਰੇਸ਼ਨ ਕਲੀਨ ਸ਼ੁਰੂ ਕਰਤਾ ਹੈ, ਉਹਨਾਂ ਨੇ ਦੱਸਿਆ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਕਿਸਾਨਾਂ ਨੂੰ ਇੱਥੋਂ ਪਹਿਲਾਂ ਰਜਾਬੰਦੀ ਨਾਲ ਕਹਾਂਗੇ, ਜੇ ਨਾ ਇਹ ਉੱਠੇ ਫਿਰ ਇਹਨਾਂ ਨੂੰ ਜ਼ਬਰਦਸਤੀ ਖਦੇੜਿਆ ਜਾਵੇਗਾ। ਹੁਣ ਸਮਾਂ ਮੰਗ ਕਰਦਾ ਹੈ ਏਕਤਾ ਦਾ। ਅਸੀਂ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਚਟਾਨ ਵਾਂਗ ਖੜ੍ਹੇ ਹਾਂ। ਜਿਹੜਾ ਨੌਜਵਾਨ ਹੈ ਉਹ ਵੀ ਨਾਲ ਖੜ੍ਹੇ, ਅਤੇ ਮੈਂ ਬੇਨਤੀਆਂ ਕਰੂੰਗਾ ਸਾਰੇ ਨੌਜਵਾਨਾਂ ਨੂੰ, ਬਈ ਅਸੀਂ ਇੱਥੇ ਸ਼ਹੀਦ ਹੋ ਜਾਵਾਂਗੇ ਪਰ ਮੋਰਚਾ ਨਹੀਂ ਛੱਡਾਂਗੇ। ਅਤੇ ਆਓ ਘਰਾਂ ਦੇ ਵਿੱਚੋਂ ਨਿਕਲੋ, ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਦੇ ਆ ਜਿਹੜੇ ਆਪਣੇ ਉੱਤੇ ਚਾਲਾਂ ਚੱਲੀਆਂ ਨੇ ਆਪਾਂ ਨੇ ਉਹਨਾਂ ਨੂੰ ਫੇਲ ਕਰ ਦਿੱਤਾ ਹੈ। ਆਹ ਜਿਹੜਾ ਸਰਕਾਰ ਦਾ ਲਾਸਟ ਹਥਿਆਰ ਆ ਨਾ, ਇਹ ਏਕਤਾ ਦੇ ਨਾਲ ਇਕੱਠ ਦੇ ਨਾਲ ਆਪਾਂ ਇਹ ਵੀ ਫੇਲ ਕਰਨਾ ਹੈ। ਤੁਸੀਂ ਘਰਾਂ ਨੂੰ ਛੱਡ ਦਿਓ, ਅੱਜ ਤੁਹਾਨੂੰ ਮੋਰਚਾ ਪੁਕਾਰ ਕਰ ਰਿਹਾ ਹੈ, ਆ ਜਾਓ ਘਰਾਂ ਨੂੰ ਛੱਡ ਕੇ ਮੋਰਚੇ ਦੇ ਵਿੱਚ ਪਹੁੰਚੋ। ਇਕੱਠ ਨੇ, ਭੀੜ ਨੇ ਹੀ ਇਹ ਸਰਕਾਰਾਂ ਦੇ ਮੂੰਹ ਮੋੜਨੇ ਨੇ। ਜਿਹੜਾ ਇਹਨਾਂ ਨੇ ਕਲੀਨ ਓਪਰੇਸ਼ਨ ਦਿੱਤਾ ਹੈ ਇਹਨਾਂ ਦਾ ਆਪਾਂ ਮੂੰਹ ਮੋੜਾਂਗੇ। ਅਤੇ ਮੈਂ ਪੰਜਾਬ ਆਪਣੇ ਜਿਹੜੇ ਭਾਰਤ ਦੇ ਵਿੱਚ ਜਿਵੇਂ ਜਿਹੜੇ ਸਾਡੇ ਜਵਾਨ ਨੇ, ਜਿਸ ਤਰ੍ਹਾਂ ਮਦਰਾਸੀਏ, ਪੰਜਾਬੀ, ਜੱਟ, ਗੜਵਾਲ, ਬਿਹਾਰ, ਮਹਾਰ, ਸਿੱਕਮ, ਲੱਦਾਖ, ਗੋਰਖੇ, ਇਹ ਰੈਜੀਮੈਂਟਾਂ ਨੇ ਫੌਜ ਦੀਆਂ, ਅਤੇ ਇਹਨਾਂ ਦੇ ਵਿੱਚ ਕਿਸਾਨਾਂ ਦੇ ਪੁੱਤਰ ਅਤੇ ਮਜ਼ਦੂਰਾਂ ਦੇ ਪੁੱਤਰ ਨੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਤੁਸੀਂ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨ ਤੋਂ ਪਹਿਲਾਂ, ਕਿਸਾਨਾਂ ਦੇ ਉੱਤੇ ਓਪਰੇਸ਼ਨ ਕਰਨ ਤੋਂ ਪਹਿਲਾਂ ਇਹ ਸੋਚ ਲਿਓ ਬਈ ਇਸ ਮੋਰਚੇ ਦੇ ਵਿੱਚ ਸਾਡੇ ਭੈਣ ਭਰਾ, ਮਾਤਾ ਪਿਤਾ ਬੈਠੇ ਨੇ। ਇਹ ਸੋਚ ਕੇ ਤੁਸੀਂ ਨਿਗਾਹ ਮਾਰ ਕੇ ਫਿਰ ਓਪਰੇਸ਼ਨ ਕਰਿਓ, ਫਿਰ ਡਾਂਗ ਚਲਾਇਓ, ਫਿਰ ਗੋਲੀਆਂ ਮਾਰਿਓ, ਇਹ ਸੋਚਣਾ ਪਵੇਗਾ ਤੁਹਾਨੂੰ। ਜਿਹੜੀਆਂ ਰੈਜੀਮੈਂਟਾਂ ਨੇ ਫੌਜ ਦੀਆਂ, ਫੌਜ ਦੇ ਵਿੱਚ ਇਹ ਲੋਕ ਨੇ। ਅਤੇ ਗੁਰਮੁਖ, ਮੈਂ ਦੱਸਣਾ ਚਾਹੁੰਦਾ, ਫੌਜ ਦੇ ਵਿੱਚ ਕੋਈ ਬ੍ਰਾਹਮਣ ਨਹੀਂ ਹੈਗਾ, ਬ੍ਰਾਹਮਣਾਂ ਦੀ ਕੋਈ ਰੈਜੀਮੈਂਟ ਨਹੀਂ ਹੈ, ਸਾਰੀ ਸਾਡੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਲੋਕਾਂ ਦੀਆਂ ਰੈਜੀਮੈਂਟਾਂ ਨੇ ਫੌਜ ਹੈ। ਅਤੇ ਇਹ ਜਿਹੜੇ ਬ੍ਰਾਹਮਣ ਨੇ ਇਹ ਸਾਡੇ ਉੱਤੇ ਰਾਜ ਕਰ ਰਹੇ ਨੇ। ਅੱਜ ਆਰ ਐੱਸ ਐੱਸ ਦੇ ਉੱਤੇ ਜਿਹੜਾ ਮੁਖੀ ਹੈ ਮੋਹਨ ਭਾਗਵਤ, ਉਹ ਵੀ ਬ੍ਰਾਹਮਣ ਹੈ। ਅਤੇ ਜਿਹੜਾ ਹਿੰਦੂ ਹੈ, ਹਿੰਦੂ ਅਤੇ ਬ੍ਰਾਹਮਣ ਦਾ ਬਹੁਤ ਜ਼ਮੀਨ ਸਮਾਨ ਦਾ ਫਰਕ ਹੈ। ਜਿਹੜੇ ਜਾਟ ਨੇ, ਜਿਹੜੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ, ਦਲਿਤ ਨੇ ਉਹ ਵੀ ਹਿੰਦੂ ਕਈ ਕਹਿੰਦੇ ਨੇ, ਉਹ ਕੌਣ ਨੇ? ਉਹ ਆਪਣੀਆਂ ਜਨਮ ਕੁੰਡਲੀਆਂ ਚੈੱਕ ਕਰ ਲੈਣ, ਬਣਵਾ ਲੈਣ, ਉਹ ਸਾਰੇ ਸ਼ੂਦਰ ਨੇ। ਬ੍ਰਾਹਮਣ ਉਹਨਾਂ ਨੂੰ ਸ਼ੂਦਰ ਲਿਖਦਾ ਹੈ, ਅਤੇ ਰਾਕਸ਼ਸ ਜਿਹੜਾ ਵਰਣ ਦਾ ਖਾਨਾ ਉਹਦੇ ਵਿੱਚ ਤੁਹਾਨੂੰ ਸ਼ੂਦਰ ਲਿਖਿਆ ਜਾਂਦਾ ਹੈ, ਅਤੇ ਜਿਹੜਾ ਗੰਨ ਦਾ ਖਾਨਾ ਉਹਦੇ ਵਿੱਚ ਰਾਕਸ਼ਸ ਲਿਖਿਆ ਜਾਂਦਾ ਹੈ। ਇਸ ਕਰਕੇ ਇਹ ਚਾਹੁੰਦੇ ਨੇ ਵੀ ਇਹਨਾਂ ਰਾਕਸ਼ਾਂ ਕੋਲੋਂ, ਇਹਨਾਂ ਸ਼ੂਦਰਾਂ ਕੋਲੋਂ ਜ਼ਮੀਨਾਂ ਖੋਹੀਆਂ ਜਾਣ। ਇਹਨਾਂ ਨੇ ਕਲੀਨ ਓਪਰੇਸ਼ਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਹੈ, ਆਪਾਂ ਨੇ ਇੱਕਜੁੱਟਤਾ ਦਿਖਾ ਕੇ ਇਹਨੂੰ ਫੇਲ ਕਰ ਦੇਣਾ, ਜਿਵੇਂ ਪਹਿਲਾਂ ਇਹਨਾਂ ਦੇ ਜਿਹੜੀਆਂ ਚਾਲਾਂ ਸੀ ਉਹ ਫੇਲ ਕੀਤੀਆਂ ਨੇ। ਜੇ ਆਰ ਐੱਸ ਐੱਸ ਇਹ ਲੋਕ ਸਾਡੇ ਧੀਆਂ ਭੈਣਾਂ ਦੀ ਆਬਰੂ ਇੱਜ਼ਤ ਨੂੰ ਹੱਥ ਪਾਉਂਦੇ ਨੇ, ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।
ਇਹ ਖਾਲਸਾ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਹੀਂ ਲਟਾਉਣੀਆਂ ਇੱਥੇ ਆਪਣੀ ਧੀਆਂ ਭੈਣਾਂ ਦੀ ਇੱਜ਼ਤ ਨੂੰ ਜੋ ਹੱਥ ਪਾਊਗਾ ਫਿਰ ਅਸੀਂ ਇਕੱਤੀਆਂ ਦੀ ਉਹਨੂੰ 51 ਮੋੜਾਂਗੇ ਚਾਹੇ ਕੋਈ ਵੀ ਹੋਵੇ ਇੱਥੇ ਇਸ ਕਰਕੇ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਹੁਣ ਅਪੀਲ ਹੈ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈ ਜੇ RSS BJP ਇਸ ਮੋਰਚੇ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਗਈ ਕੱਲ੍ਹ ਨੂੰ ਫਿਰ ਸਭ ਦੀ ਵਾਰੀ ਹੈ ਅੱਜ ਕਿਸਾਨਾਂ ਦੀ ਵਾਰੀ ਸੀ ਮਜ਼ਦੂਰਾਂ ਦੀ ਵਾਰੀ ਹੈ ਫਿਰ ਸਿੱਖਾਂ ਦੀ ਵਾਰੀ ਹੈ ਇਕੱਲੇ ਇਕੱਲੇ ਨੂੰ ਮਾਰਨਗੇ ਈਸਾਈਆਂ ਨੂੰ ਮਾਰਨਗੇ ਲਗੈਤਾਂ ਨੂੰ ਮਾਰਨਗੇ ਦਲਿਤਾਂ ਨੂੰ ਮਾਰਨਗੇ ਲੋਕ ਇਸ ਕਰਕੇ ਹੁਣ ਘਰੇ ਬੈਠਣ ਦਾ ਟਾਈਮ ਨਹੀਂ ਗੁਰਮੁਖ ਆਓ ਇਸ ਮੋਰਚੇ ਦੇ ਵਿੱਚ ਵੀਹਰਾਂ ਕੱਤ ਕੇ ਆ ਜਾਓ ਜਿਹੜੇ ਕਹਿੰਦੇ ਸੀ ਅਸੀਂ ਆਪਣੇ ਇੱਥੋਂ ਮਰ ਜਾਵਾਂਗੇ ਜਾਵਾਂਗੇ ਨਹੀਂ ਸਾਡੀਆਂ ਲਾਸ਼ਾਂ ਜਾਣਗੀਆਂ ਉਹ ਆ ਜਾਓ ਅੱਜ ਇੱਥੇ ਹੁਣ ਲੜਨ ਮਰਨ ਦਾ ਸਾਡਾ ਟਾਈਮ ਹੈ ਜੇ ਇੱਥੇ ਕਿਸਾਨ ਆਗੂ ਜੋ ਸਾਨੂੰ ਖਾਲਸਾ ਪੰਥ ਨੂੰ ਹੁਕਮ ਕਰਨਗੇ ਜੇ ਕਹਿਣਗੇ ਅਸੀਂ ਲੜ ਕੇ ਸ਼ਹੀਦੀਆਂ ਪਾਵਾਂਗੇ ਜੇ ਕਹਿਣਗੇ ਅਸੀਂ ਗੁਰਫਦਾਰੀਆਂ ਵੀ ਦੇਣ ਨੂੰ ਤਿਆਰ ਹੈ ਜਿਵੇਂ ਮਰਜ਼ੀ ਹੋਵੇ ਇਹ ਮੋਰਚਾ ਅਸੀਂ ਹਾਰਨਾ ਨਹੀਂ ਇਹਨੂੰ ਜਿੱਤਾਂਗੇ ਹਰ ਹਾਲਤ ਦੇ ਵਿੱਚ ਚਾਹੇ ਸਾਨੂੰ ਕੋਈ ਵੀ ਹੱਥਕੰਡਾ ਬਣਾਉਣਾ ਪੈ ਜਾਵੇ ਇਸ ਕਰਕੇ ਅਸੀਂ ਸਾਰੇ ਹੀ ਸੰਯੁਕਤਾਨ ਕਿਸਾਨ ਮੋਰਚੇ ਦੇ ਨਾਲ ਹੈ ਅੱਜ ਅਸੀਂ ਨੌਜਵਾਨਾਂ ਦੇ ਨਾਲ ਲੜਾਈਆਂ ਕਰਦੇ ਹਾਂ ਜਾਂ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਬਿਆਨ ਦਿੰਦੇ ਹਾਂ ਉਹਨਾਂ 'ਤੇ ਸੰਕੋਚ ਕਰ ਲਓ ਸਾਰੇ ਹੁਣ ਮਿਲ ਕੇ ਬੈਠਣ ਦਾ ਕੰਮ ਹੈ ਆਓ ਇੱਕ ਮੁੱਠਤਾ ਦੇ ਵਿੱਚ ਹੋਈਏ ਸਾਰੇ ਰਲ ਕੇ ਸਾਰੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦਈਏ ਹੁਣ ਲੜਾਈਆਂ ਪੜਾਈਆਂ ਦਾ ਟਾਈਮ ਨਹੀਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਦਾ ਟਾਈਮ ਨਹੀਂ ਅੱਜ ਇਕੱਤਰਤਾ ਦਾ ਟਾਈਮ ਹੈ ਇਕਮੁੱਠਤਾ ਦਾ ਟਾਈਮ ਹੈ ਬੈਠ ਕੇ ਇਸ ਮੋਰਚੇ ਨੂੰ ਜਿੱਤੀਏ ਜੋ ਸਾਨੂੰ ਸਰਕਾਰ ਨੇ ਕਲੀਨ ਓਪਰੇਸ਼ਨ ਦਾ ਨਾਮ ਦਿੱਤਾ ਹੈ ਇਹਦਾ ਮੂੰਹ ਤੋੜ ਭਰਾਵੋ ਜਵਾਬ ਦਈਏ ਫਿਰ ਗੱਲ ਬਣਨੀ ਹੈ ਅਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਰਿਆਣੇ ਦੇ ਲੋਕਾਂ ਨੂੰ ਮੋਦੀ ਨੇ ਕਿਹਨੂੰ ਜ਼ਿੰਮੇਵਾਰੀ ਦਿੱਤੀ ਹੈ ਆ ਖੱਟੜ ਸਰਕਾਰ ਨੂੰ ਦਿੱਤੀ ਹੈ ਜੇ ਇਹਨਾਂ ਨੇ ਕਲੀਨ ਓਪਰੇਸ਼ਨ ਦਾ ਨਾਮ ਦਿੱਤਾ ਹੈ ਇਸ ਨੂੰ ਤਾਂ ਤੁਸੀਂ ਵੀ ਕਿਸਾਨ ਜਿਹੜੇ ਹਰਿਆਣੇ ਦੇ ਲੋਕ ਨੇ ਉਹਨਾਂ ਤੋਂ ਪਹਿਲਾਂ ਇੱਕ ਓਪਰੇਸ਼ਨ ਸ਼ੁਰੂ ਕਰ ਦਿਓ ਜਿਹਦਾ ਨਾਮ ਰੱਖੋ ਜਿੰਨੇ ਭਾਜਪਾ ਦੇ ਮੰਤਰੀ ਨੇ MLA ਨੇ ਸਾਰੇ ਘਰਾਂ ਦੇ ਵਿੱਚ ਬੰਦ ਕਰਨ ਦਾ ਓਪਰੇਸ਼ਨ ਸ਼ੁਰੂ ਕਰ ਦਿਓ ਉਹਨਾਂ ਨੂੰ ਨਿਕਲਣਾ ਦੇਵੋ ਘਰਾਂ ਦੇ ਵਿੱਚ ਇਹ ਤਾਂ ਹੀ ਲੋਟ ਆਉਣਗੇ ਚਾਂਬਲੇ ਫਿਰਦੇ ਨੇ ਮੈਂ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਕਿਤੇ ਮਤ ਭੁਲੇਖਾ ਰੱਖੀ ਇਹ ਤਾਂ ਉਹ ਨੇ ਜੇ ਮਰ ਵੀ ਜਾਣ ਸਿਰ ਵੀ ਵੱਡੇ ਜਾਣ ਫਿਰ ਵੀ ਲੜਦੇ ਨੇ ਇਹ ਕਿਸਾਨ ਅਸੀਂ ਆਪਣਾ ਹੱਕ ਮੰਗਦੇ ਹਾਂ ਅਸੀਂ ਕਿਸੇ ਤੋਂ ਭੀਖ ਨਹੀਂ ਮੰਗਦੇ ਆਪਣੇ ਹੱਕ ਲੈ ਕੇ ਜਾਵਾਂਗੇ ਇੱਥੋਂ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ ਜਾਂ ਮੋਰਚਾ ਅਸੀਂ ਜਿੱਤ ਕੇ ਜਾਵਾਂਗੇ ਸ਼ਹੀਦੀਆਂ ਪਾਵਾਂਗੇ ਫਿਰ ਮੈਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਦੋਂ ਆਉਂਗੇ ਜਦੋਂ ਸਾਡੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਇਹਨਾਂ ਨੇ ਹੱਥ ਪਾ ਲਿਆ ਉਦੋਂ ਆਉਂਗੇ ਜਾਂ ਜਦੋਂ ਸਾਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੁਸੀਂ ਉਦੋਂ ਘਰਾਂ ਦੇ ਵਿੱਚੋਂ ਨਿਕਲੋਗੇ ਫਿਰ ਕੀ ਫਾਇਦਾ ਇਸ ਕਰਕੇ ਪਹਿਲਾਂ ਆਪਾਂ ਇਹ ਜਿਹੜਾ ਓਪਰੇਸ਼ਨ ਇਹਨਾਂ ਨੇ ਸ਼ੁਰੂ ਕਰਿਆ ਇਹਦਾ ਮੂੰਹ ਤੋੜਵਾਂ ਜਵਾਬ ਦਈਏ ਘਰਾਂ ਦੇ ਵਿੱਚ ਉੱਠ ਕੇ ਮੋਰਚੇ ਦੇ ਵਿੱਚ ਪਹੁੰਚੋ ਅਤੇ ਕਿਸਾਨ ਆਗੂਆਂ ਦਾ ਸਾਥ ਦਈਏ ਅਤੇ ਏਕੇ ਦੇ ਵਿੱਚ ਸੰਜਮ ਦੇ ਵਿੱਚ ਰਹਿ ਕੇ ਆਪਾਂ ਸਰਕਾਰ ਨੂੰ ਟੱਕਰ ਦਈਏ ਇੰਨੀਆਂ ਬੇਨਤੀਆਂ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।